ਵਹਿਮ ਤੇ ਭਰਮ। ਆਮ ਬੋਲੀ ਵਿੱਚ ਵਹਿਮ ਅਤੇ ਭਰਮ ਸ਼ਬਦਾਂ ਦੀ ਵਰਤੋਂ ਖੁੱਲ੍ਹ ਕੇ ਕੀਤੀ ਜਾਂਦੀ ਹੈ, ਪਰ ਜੇਕਰ ਇਸ ਦੀ ਠੋਸ ਪਰਿਭਾਸ਼ਾ ਨੂੰ ਨਿਰਧਾਰਿਤ ਕਰਨਾ ਹੋਵੇ ਤਾਂ ਅਸੰਭਵ ਜਾਪਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਅਨੁਸਾਰ ਵਹਿਮ ਇੱਕ ਸੰਕਲਪ ਖਿਆਲ ਸੰਸਾ ਹੈ ਅਤੇ ਇਸ ਦੇ ਅਰਥ ਭਰਮ ਵੀ ਕਰਦੇ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਵਹਿਮ ਅਤੇ ਭਰਮ ਦੇ ਸਾਂਝੇ ਜੋੜ ਤੋਂ ਇੱਕ ਹੀ ਅਰਥ ਲਏ ਜਾਂਦੇ ਹਨ। ਗੁਰਬਾਣੀ ਵਿੱਚੋਂ ਭਰਮ ਪ੍ਰਤੀ ਕੁਝ ਪ੍ਰਮਾਣਾਂ ਦਾ ਦੇਣਾ ਜ਼ਰੂਰੀ ਹੈ ਤਾਂ ਜੋ ਘੱਟੋ ਘੱਟ ਸਾਨੂੰ ਵਹਿਮ ਅਤੇ ਭਰਮ ਦੀ ਜਾਣਕਾਰੀ ਹੋ ਸਕੇ। ਕਹੋ ਨਾਨਕ ਗੁਰ ਖੋਏ ਭਰਮ, ਇੱਕੋ ਅੱਲਾ ਪਾਰ ਬ੍ਰਹਮ। ਪੰਨਾ ਗੁਰੂ ਗ੍ਰੰਥ ਸਾਹਿਬ ਜੀ 897। ਜਾ ਕੇ ਬਿਨਸਿਓ ਮਨ ਤੇ ਭਰਮਾ, ਤਾ ਕੈ ਕਛੂ ਨਾਹੀ ਡਰ ਜਾਵਾਂ। ਗੁਰੂ ਗ੍ਰੰਥ ਸਾਹਿਬ ਪੰਨਾ 146। ਫੂਟੋ ਆਂਡਾ ਭਰਮ ਕਾ, ਮਨੇ ਭਯੋ ਪ੍ਰਗਾਸ, ਕਾਟੀ ਬੇਰੀ ਪਗਾਂ ਤੇ ਗੁਰਕੀਨੀ ਬੰਧ ਖਲਾਸ। ਗੁਰੂ ਗ੍ਰੰਥ ਸਾਹਿਬ ਜੀ ਪੰਨਾ 1002। ਪਰਮਾਤਮਾ ਬਾਰੇ ਸਪਸ਼ਟ ਨਾ ਹੋਣ ਕਾਰਨ ਅਨੇਕਾਂ ਹੀ ਰੂਪਾਂ ਨੂੰ ਕਲਪਣਾ ਜਾਂ ਉਸ ਬਾਰੇ ਭੁਲੇਖਾ ਹੋਣਾ ਅਤੇ ਉਸਦੀ ਪੂਜਾ ਵਿਧਾਨ ਬਾਰੇ ਬੇਸਮਝੀ ਆਦਿ ਨੂੰ ਭਰਮ ਆਖ ਸਕਦੇ ਹਾਂ। ਮਾਸਟਰ ਤਾਰਾ ਸਿੰਘ ਜੀ ਅਨੁਸਾਰ ਸ਼ਰਧਾ ਅਤੇ ਵਹਿਮ ਦੋਹਾਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ, ਪਰ ਇਹਨਾਂ ਦਾ ਇਤਨਾ ਫਰਕ ਹੈ ਜਿਤਨਾ ਕਿ ਅੰਮ੍ਰਿਤ ਅਤੇ ਜ਼ਹਿਰ ਵਿੱਚ। ਸ਼ਰਧਾ ਖੜੀ ਹੁੰਦੀ ਹੈ ਬੇਗਰਜ਼ੀ ਉੱਤੇ, ਵਹਿਮ ਖੜਾ ਹੁੰਦਾ ਹੈ ਖੁਦ ਗਰਜ਼ੀ ਉੱਤੇ। ਸ਼ਰਧਾਵਾਨ ਆਪਣਾ ਆਪ ਗੁਰੂ ਦੇ ਹਵਾਲੇ ਕਰਦਾ ਹੈ, ਵਹਿਮੀ ਆਪਣਾ ਆਪ ਹਵਾਲੇ ਦੀ ਸ਼ਕਲ ਬਣ ਕੇ ਗੁਰੂ ਨੂੰ ਆਪਣੇ ਮਤਲਬ ਲਈ ਵਰਤਣਾ ਚਾਹੁੰਦਾ ਹੈ। ਪ੍ਰਿੰਮ ਪਿਆਲਾ ਪੰਨਾ 35। ਮਹਾਨ ਵਿਅਕਤੀਆਂ ਜਾਂ ਸ੍ਰੇਸ਼ਟ ਪੁਰਸ਼ਾਂ ਵੱਲੋਂ ਸਮਾਜ ਭਲਾਈ ਅਥਵਾ ਲੋਕਾਈ ਨੂੰ ਮਾਨਸਿਕ ਤੌਰ 'ਤੇ ਉੱਚਾ ਚੁੱਕਣ ਅਤੇ ਸਮਾਜ ਦੇ ਔਗਣਾਂ ਤੋਂ ਮੁਕਤ ਕਰਨ ਲਈ ਨਵੇਂ ਅਤੇ ਇਨਕਲਾਬੀ ਸਿਧਾਂਤਾਂ ਦਾ ਨਿਰਮਾਣ ਹੋਇਆ ਹੈ। ਨਵੇਂ ਦੀ ਸਥਾਪਨਾ ਦੇ ਨਾਲ ਨਾਲ ਨਵੀਆਂ ਰਵਾਇਤਾਂ ਨੇ ਵੀ ਜਨਮ ਲਿਆ, ਪਰ ਪੁਰਾਤਨ ਕਾਲ ਤੋਂ ਚੱਲੇ ਆ ਰਹੇ ਭਰਮਾਂ ਅਤੇ ਵਹਿਮਾਂ ਨੇ ਮਨੁੱਖੀ ਮਨਾਂ ਤੋਂ ਆਪਣੀ ਜਕੜ ਨਹੀਂ ਛੱਡੀ। ਭਾਵੇਂ ਇਹਨਾਂ ਭਰਮਾਂ ਅਤੇ ਵਹਿਮਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਜੁੜਦਾ, ਪਰ ਆਮ ਲੋਕਾਂ ਨੇ ਇਹਨਾਂ ਨੂੰ ਧਾਰਮਿਕ ਰੋਹ ਰੀਤਾਂ ਨਾਲ ਰਲਗੱਡ ਕਰ ਲਿਆ ਹੈ ਅਤੇ ਸਧਾਰਨ ਜਨ ਲਈ ਇਹਨਾਂ ਤੋਂ ਛੁਟਕਾਰਾ ਪਾਉਣਾ ਅਸੰਭਵ ਹੋ ਗਿਆ। ਜਦੋਂ ਲੋਕ ਵਹਿਮੀ ਹੋ ਜਾਣ ਤਾਂ ਉਹਨਾਂ ਦਾ ਮਨ ਕਿਤੇ ਨਹੀਂ ਟਿਕਦਾ, ਉਹ ਗੁਰਬਾਣੀ ਨੂੰ ਜਾਂ ਗੁਰਮਤਿ ਦੇ ਮਾਰਗ ਨੂੰ ਸਮਝਣ ਦੀ ਥਾਂ ਪਖੰਡੀਆਂ ਬਾਬਿਆਂ ਜਾਂ ਪੀਰਾਂ ਦੀ ਸ਼ਰਨ ਲੱਭਦੇ ਹਨ। ਅੱਗੋਂ ਚੁਸਤ ਲੋਕ ਭੋਲੇ ਭਾਲੇ ਲੋਕਾਂ ਦੀ ਮਾਨਸਿਕ ਸਥਿਤੀ ਨੂੰ ਬੁੱਝ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਆਪਣੇ ਮਨੋਰਥ ਦੀ ਪੂਰਤੀ ਕਰਦੇ ਹਨ। ਭਾਰਤ ਵਿੱਚ ਵਹਿਮਾਂ ਅਤੇ ਭਰਮਾਂ ਦੇ ਜ਼ਿਆਦਾ ਪ੍ਰਚਲਿਤ ਹੋਣ ਨਾਲ ਪੁਜਾਰੀ ਸ਼੍ਰੇਣੀ ਨੂੰ ਜ਼ਿਆਦਾ ਲਾਭ ਹੁੰਦਾ ਸੀ ਅਤੇ ਇਸ ਪ੍ਰਤੀ ਠੋਸ ਗਵਾਈ ਗੁਰਬਾਣੀ ਅੰਦਰ ਦਰਜ ਹੈ। ਆਪਣ ਊਚ ਨੀਚ ਕਰ ਭੋਜਨ, ਹਠੇ ਕਰਮ ਕਰ ਉਧਰ ਭਰੈ, ਚੌਦਸ ਅਮਾਵਸ ਰਚ ਰਚ ਮੰਗੈ, ਕਰ ਦੀਪਕ ਲੈ ਕੂਪ ਭਰੈ। ਗੁਰੂ ਗ੍ਰੰਥ ਸਾਹਿਬ ਪੰਨਾ 970। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਹਨਾਂ ਵਹਿਮਾਂ ਅਤੇ ਭਰਮਾਂ ਦੀ ਮੰਡੀ ਸਿਰਫ ਭਾਰਤ ਵਿੱਚ ਹੀ ਨਹੀਂ, ਅੰਧ ਵਿਸ਼ਵਾਸੀ ਅਤੇ ਵਹਿਮੀ ਲੋਕ ਦੁਨੀਆਂ ਦੇ ਸਮੂਹ ਵਰਗ ਦੇ ਲੋਕਾਂ ਅੰਦਰ ਮਿਲਦੇ ਹਨ। ਪੱਛਮੀ ਦੁਨੀਆਂ ਦੇ ਲੋਕ
ਵਿਗਿਆਨ ਉੱਨਤੀ ਨਾਲ ਕਾਫ਼ੀ ਵਿਕਸਿਤ ਹੋਏ ਹਨ, ਪਰ ਇਹਨਾਂ ਅੰਦਰ ਵੀ ਵਹਿਮ ਅਤੇ ਭਰਮ ਪ੍ਰਚਲਿਤ ਹਨ। ਇਸ ਦਾ ਮੁੱਖ ਕਾਰਨ ਹੈ ਕਿ ਇਹ ਲੋਕ ਵਹਿਮ ਅਤੇ ਭਰਮ ਨੂੰ ਧਰਮ ਦਾ ਅੰਗ ਮੰਨੀ ਬੈਠੇ ਹਨ। ਜਿਵੇਂ ਮੁਸਲਮਾਨ ਹਰ ਸਮੇਂ ਪ੍ਰਾਰਥਨਾ ਭਾਵ ਨਮਾਜ਼ ਪੜ੍ਹਨ ਸਮੇਂ ਆਪਣਾ ਮੂੰਹ ਮੱਕੇ ਵੱਲ ਕਰਕੇ ਬੈਠਦੇ ਹਨ, ਮੁਰਦੇ ਨੂੰ ਦਫਨਾਉਣ ਸਮੇਂ ਉਸਦਾ ਸਿਰ ਮੱਕੇ ਵੱਲ ਕੀਤਾ ਜਾਂਦਾ ਹੈ। ਮੁਸਲਮਾਨਾਂ ਅੰਦਰ ਇਸਤਰੀ ਨੂੰ ਧਰਮ ਦੇ ਕਾਰਜਾਂ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ ਨਹੀਂ, ਉਸ ਨੂੰ ਬੁਰਕੇ ਵਿੱਚ ਰਹਿਣਾ ਪੈਂਦਾ ਹੈ। ਭਾਵੇਂ ਇਸ ਬੁਰਕੇ ਦੀ ਕੱਟੜਤਾ ਕਈ ਦੇਸ਼ਾਂ ਵਿੱਚ ਘਟ ਗਈ ਹੈ ਅਤੇ ਬੁਰਕੇ ਦੀ ਥਾਂ ਸਿਰ ਢੱਕਣ ਲਈ ਵਿਸ਼ੇਸ਼ ਕੱਪੜਾ ਪਹਿਨਿਆ ਜਾਂਦਾ ਹੈ। ਉਹ ਇਸਤਰੀ ਮਸਜਿਦ ਅੰਦਰ ਪ੍ਰਾਰਥਨਾ ਕਰਨ ਲਈ ਮਰਦਾਂ ਦੇ ਨਾਲ ਨਹੀਂ ਜਾ ਸਕਦੀ, ਉਸ ਨੂੰ ਵੱਖਰੇ ਹੋ ਕੇ ਨਮਾਜ਼ ਪੜ੍ਹਨੀ ਪੈਂਦੀ ਹੈ। ਮੁਸਲਮਾਨਾਂ ਅੰਦਰ ਸ਼ੁੱਕਰਵਾਰ ਦਿਨ ਪਵਿੱਤਰ ਹੈ, ਦੂਜੇ ਪਾਸੇ ਯਹੂਦੀ ਲੋਕ ਸ਼ਨਿਚਰਵਾਰ ਨੂੰ ਸ਼ੁੱਭ ਦਿਹਾੜਾ ਮੰਨਦੇ ਹਨ। ਕੁਝ ਸਾਲ ਪਹਿਲਾਂ ਵਾਪਰੀ ਇੱਕ ਘਟਨਾ ਦਾ ਜ਼ਿਕਰ ਕਰਨਾ ਵੀ ਮਹੱਤਵਪੂਰਨ ਹੈ। ਸਿਓਲ ਦੱਖਣੀ ਕੋਰੀਆ ਵਿਖੇ ਓਲੰਪਿਕ ਖੇਡਾਂ ਵਿੱਚ ਯਹੂਦੀ ਖਿਲਾੜੀਆਂ ਨੇ ਸ਼ਨਿਚਰ ਵਾਲੇ ਵਾਰ ਦਿਨ ਖੇਡਾਂ ਵਿੱਚ ਭਾਗ ਲੈਣ ਤੋਂ ਇਨਕਾਰ ਕਰ ਦਿੱਤੀ, ਪਰ ਕੁਝ ਖਿਡਾਰੀ ਸ਼ਾਮਲ ਵੀ ਹੋ ਗਏ। ਇਜ਼ਰਾਈਲ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜਿਨ੍ਹਾਂ ਨੇ ਸ਼ਨਿਚਰਵਾਰ ਵਾਲੇ ਦਿਨ ਖੇਡਾਂ ਵਿੱਚ ਹਿੱਸਾ ਲਿਆ ਉਹਨਾਂ ਵਿਰੁੱਧ ਐਕਸ਼ਨ ਲਿਆ ਜਾਵੇਗਾ। ਈਸਾਈ ਲੋਕ ਐਤਵਾਰ ਨੂੰ ਪਵਿੱਤਰ ਮੰਨਦੇ ਹਨ। ਈਸਾਈ ਧਰਮ ਨੂੰ ਮੰਨਣ ਵਾਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ 17ਵੀਂ ਸਦੀ ਤੱਕ ਵਿਸ਼ੇਸ਼ ਕਾਨੂੰਨ ਬਣਾਏ ਹੋਏ ਸਨ, ਜਿਨ੍ਹਾਂ ਅਨੁਸਾਰ ਐਤਵਾਰ ਨੂੰ ਚਰਚ ਜਾਣਾ ਜ਼ਰੂਰੀ ਹੁੰਦਾ ਸੀ। ਸਮਾਂ ਪਾ ਕੇ ਈਸਾਈਆਂ ਵਿੱਚ ਐਤਵਾਰ ਨੂੰ ਪਵਿੱਤਰ ਮੰਨਣ ਜਾਂ ਕੰਮ ਨਾ ਕਰਨ ਦੀ ਕੱਟੜਤਾ ਵਿੱਚ ਢੜਿਆਈ ਆ ਗਈ। ਕੁਝ ਸਮਾਂ ਪਹਿਲਾਂ ਕੈਨੇਡਾ ਦੀ ਇੱਕ ਰਾਜਨੀਤਿਕ ਪਾਰਟੀ ਦੇ ਮੁਖੀ ਨੂੰ ਐਤਵਾਰ ਨੂੰ ਪਵਿੱਤਰ ਮੰਨਣ ਦੀ ਜਿੱਦ ਕਾਰਨ ਅਸਫਲਤਾ ਝੱਲਣੀ ਪਈ। ਭਾਵੇਂ ਹੋਰ ਵੀ ਕਾਰਨ ਸਨ, ਪਰ ਰਾਜਨੀਤਿਕ ਨੇਤਾ ਲਈ ਐਤਵਾਰ ਨੂੰ ਕੋਈ ਕੰਮ ਕਾਰ ਨਾ ਕਰਨ ਦਾ ਵਿਸ਼ਵਾਸ ਧਾਰਨਾ ਅਸੰਭਵ ਹੈ। ਈਸਾਈਆਂ ਅੰਦਰ ਗਿਣਤੀ 'ਚ ਨੰਬਰ 13 ਨੂੰ ਮਾੜਾ ਮੰਨਿਆ ਜਾਂਦਾ ਹੈ। ਤਾਂਹੀਓ ਚੰਡੀਗੜ੍ਹ ਸ਼ਹਿਰ ਦੀ ਰੂਪ ਰੇਖਾ ਬਣਾਉਣ ਵਾਲੇ ਈਸਾਈ ਨੇ ਸੈਕਟਰ 13 ਨਹੀਂ ਬਣਾਇਆ। ਚੀਨੇ ਲੋਕ ਕਦੀ ਵੀ ਆਪਣੇ ਘਰ ਦੇ ਦਰਵਾਜ਼ੇ ਅੱਗੇ ਕੋਈ ਦਰਖਤ ਨਹੀਂ ਚਾਹੁੰਦੇ। ਉਹਨਾਂ ਅਨੁਸਾਰ ਘਰ ਅੰਦਰ ਖੁਸ਼ਹਾਲੀ ਜਾਂ ਦੌਲਤ ਪ੍ਰਵੇਸ਼ ਕਰਨ ਲਈ ਕੋਈ ਅੜਿੱਕਾ ਨਹੀਂ ਹੋਣਾ ਚਾਹੀਦਾ। ਹਿੰਦੂ ਲੋਕ ਮੰਗਲਵਾਰ ਨੂੰ ਮਾੜਾ ਦਿਨ ਅਤੇ ਬੁੱਧਵਾਰ ਨੂੰ ਸ਼ੁੱਭ ਦਿਨ ਮੰਨਦੇ ਹਨ। ਇਹ ਵੀ ਸੁਣਿਆ ਗਿਆ ਹੈ ਕਿ ਭਾਰਤ ਵਿੱਚ ਕਈ ਜਗ੍ਹਾ ਇਸ ਧਾਰਮਿਕ ਵਹਿਮ ਨੂੰ ਕਾਨੂੰਨੀ ਤੌਰ 'ਤੇ ਠੋਸਿਆ ਗਿਆ ਹੈ, ਜਿਸ ਦੇ ਆਧਾਰ ਉੱਪਰ ਮੰਗਲਵਾਰ ਨੂੰ ਮਾਸ ਖਾਣ ਅਤੇ ਮਾਸ ਦੀ ਵਿਕਰੀ 'ਤੇ ਪਾਬੰਦੀ ਲੱਗੀ ਹੋਈ ਹੈ। ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਨੇ ਅਜਿਹੇ ਵਹਿਮ ਅਤੇ ਭਰਮ ਭਾਵ ਚੰਗੇ ਜਾਂ ਮਾੜੇ ਦਿਨ ਦੀ ਸੋਚ ਨੂੰ ਅਪ੍ਰਵਾਨ ਕਰ ਦਿੱਤਾ। ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਗੁਰੂ ਗ੍ਰੰਥ ਸਾਹਿਬ ਪੰਨਾ 136। ਫਿਰ ਵੀ ਸਾਡੇ ਭੁੱਲੜ ਵੀਰਾਂ ਅੰਦਰ ਦਿਨਾਂ ਦੇ ਸੰਬੰਧ ਵਿੱਚ ਵਹਿਮ ਹਨ। ਵਿਸ਼ੇਸ਼ ਦਿਨਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਸਾਨੂੰ ਤਾਂ ਹੁਕਮ ਹੈ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਗੁਰੂ ਗ੍ਰੰਥ ਸਾਹਿਬ ਜੀ ਪੰਨਾ 1245। ਗੁਰਬਾਣੀ ਦੀ ਰੌਸ਼ਨੀ ਅੰਦਰ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਸਿੱਖਾਂ ਅੰਦਰ ਕਿਸੇ ਵਹਿਮ ਅਤੇ ਭਰਮ ਦੀ ਕੋਈ ਗੁੰਜਾਇਸ਼ ਹੋ ਹੀ ਨਹੀਂ ਸਕਦੀ, ਪਰ ਗਿਆਨ ਗੁਰੂ ਦੀ ਹਾਜ਼ਰੀ ਵਿੱਚ ਅਗਿਆਨਤਾ ਦਾ ਬੋਲਬਾਲਾ ਹੈ। ਮਾਸਟਰ ਤਾਰਾ ਸਿੰਘ ਜੀ ਆਖਦੇ ਹਨ, ਅਕਲ ਬਿਨਾਂ ਤਾਂ ਆਪਣੀ ਅਕਲ ਠੀਕ ਢੰਗ ਨਾਲ ਤਿਆਗੀ ਵੀ ਨਹੀਂ ਜਾ ਸਕਦੀ। ਜੋ ਕੁਢੰਗਾ ਤਿਆਗਦਾ ਹੈ ਉਹ ਪਖੰਡੀਆਂ ਦੇ ਢਹੇ ਚੜ੍ਹ ਜਾਂਦਾ ਹੈ।
ਇਸ ਲਈ ਅਕਲ ਨਾਲ ਅਕਲ ਤਿਆਗੋ ਤੇ ਅਕਲ ਤਿਆਗ ਕੇ ਵੱਡੀ ਅਕਲ ਗ੍ਰਹਿਣ ਕਰੋ। ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਲਵੋ। ਇਹ ਨਾ ਹੋਵੇ ਕਿ ਮਨ ਦੀ ਮਤ ਤਿਆਗ ਦੇਵੋ ਪਰ ਗੁਰੂ ਦੀ ਮਤ ਦੀ ਥਾਂ ਤੁਹਾਡੇ ਅੰਦਰ ਕਿਸੇ ਸ਼ੈਤਾਨ ਦੀ ਮਤ ਆ ਜਾਵੇ। ਪਰਮ ਪਿਆਲਾ ਪੰਨਾ 32। ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਏ, ਹੋਰ ਗੱਲਾਂ ਸ਼ੈਤਾਨ। ਗੁਰੂ ਗ੍ਰੰਥ ਸਾਹਿਬ ਜੀ ਪੰਨਾ 1245। ਚੀਨ ਦੇ ਮਹਾਨ ਚਿੰਤਕ ਅਨੁਸਾਰ ਗਿਆਨਵਾਨ ਪੁਰਸ਼ ਸਿਆਣਪ ਤੇ ਸੂਝ ਨਾਲ ਵਫਾਦਾਰੀ ਨਿਭਾਉਂਦਾ ਹੈ, ਨਾ ਕਿ ਅੰਧ ਵਿਸ਼ਵਾਸੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।